ਆਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਆਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਸਪੁੱਤਰਾਂ ਨੇ ਜਦੋਂ ਖਿੱਚ ਕੇ ਲੱਤ ਮਾਰੀ, ਨਿਮਰਤਾ ਦੇ ਧਣੀ ਪਿਆਰਿਓ, ਗੁਰਗੱਦੀ ਕਹਿੰਦੇ ਸਾਨੂੰ ਮਿਲਣੀ ਚਾਹੀਦੀ ਸੀ, ਇਹ ਸਾਡੀ ਗੁਰੂ ਨਾਨਕ ਦੀ ਗੱਦੀ ਲੈ ਕੇ ਬਹਿ ਗਏ, ਅਸੀਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਸਪੁੱਤਰ ਹਾਂ, ਗੱਦੀ ਸਾਨੂੰ ਮਿਲਦੀ। ਜਦੋਂ ਕਹਿੰਦੇ ਲੱਤ ਮਾਰੀ, ਲੱਤ ਵੱਜਣ ਤੋਂ ਬਾਅਦ ਧੰਨ ਗੁਰੂ ਅਮਰਦਾਸ ਜੀ ਨੇ ਗੁੱਸਾ ਨਹੀਂ ਕੀਤਾ, ਸੰਤੋਖ ਆ ਗਿਆ। ਪਿੱਛੇ ਸੁਣਿਆ ਸੀ ਨਾ, ਸੁਣ ਕੇ ਸੰਤੋਖ ਆ ਜਾਂਦਾ, ਸੁਣਿਆ ਸੱਤ ਸੰਤੋਖ ਗਿਆ। ਧੰਨ ਗੁਰੂ ਅਮਰਦਾਸ ਜੀ ਨੇ ਗੁੱਸਾ ਨਹੀਂ ਕੀਤਾ, ਜਾ ਕੇ ਬਾਬਾ ਦਾਤੂ ਜੀ ਨੂੰ ਕਹਿੰਦੇ, ਕਹਿੰਦੇ ਮਹਾਰਾਜ ਮੇਰਾ ਸਰੀਰ ਬਿਰਧ ਹੈ, ਮੇਰਾ ਸਰੀਰ ਬਜ਼ੁਰਗ ਹੈ, ਹੱਡੀਆਂ ਕੈੜੀਆਂ ਨੇ, ਤੁਸੀਂ ਲੱਤ ਮਾਰੀ ਕਿਤੇ ਤੁਹਾਡੇ ਕੋਈ ਸੱਟ ਤਾਂ ਨਹੀਂ ਲੱਗੀ, ਦੇਖੋ ਪਿਆਰਿਓ ਕੈਸੀ ਨਿਮਰਤਾ ਉਹਨਾਂ ਦੇ ਵਿੱਚ, ਕੈਸੀ ਬਖਸ਼ਿਸ਼ ਉਹਨਾਂ ਦੇ ਉੱਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ, ਰੱਬ ਦੇ ਨਾਮ ਨੂੰ ਮੰਨ ਕੇ ਸਾਰੇ ਭਵਨਾਂ ਦੀ ਸੋਝੀ। ਜਦੋਂ ਗੁਰੂ ਅਮਰਦਾਸ ਜੀ ਨੇ ਵੇਖਿਆ ਵੀ ਇਹ ਈਰਖਾ ਕਰਦੇ ਨੇ, ਐਵੇਂ ਇਹਨਾਂ ਨੂੰ ਦੁੱਖ ਹੋਏਗਾ, ਜੇ ਮੈਂ ਇੱਥੇ ਬੈਠਾ ਰਹਾਂਗਾ ਇਹਨਾਂ ਨੂੰ ਤਕਲੀਫ ਹੋਏਗੀ, ਆਪ ਜੀ ਉੱਠ ਕੇ ਚਲੇ ਗਏ। ਆਪ ਜੀ ਗੁਰੂ ਪਿਆਰਿਓ ਜਿੱਥੇ ਗੁਰਦੁਆਰਾ ਸੰਨ ਸਾਹਿਬ ਹੈ ਉੱਥੇ ਜਾ ਕੇ ਆਪ ਜੀ ਬਿਰਾਜਮਾਨ ਹੋ ਗਏ। ਬਿਰਾਜਮਾਨ ਹੋਏ ਅਤੇ ਗੁਰੂ ਪਿਆਰਿਓ ਕਿਸੇ ਨੂੰ ਦੱਸਿਆ ਨਾ, ਦਰਵਾਜ਼ਾ ਲਾ ਦਿੱਤਾ, ਬਾਹਰ ਲਿਖ ਦਿੱਤਾ, ਜਿਹੜਾ ਵੀ ਇਸ ਦਰਵਾਜ਼ੇ ਨੂੰ ਖੜਕਾਏਗਾ ਜਾਂ ਖੋਲ੍ਹੇਗਾ ਉਹਦੇ ਵੱਲ ਮੇਰੀ ਪਿੱਠ ਹੋਏਗੀ, ਉਹਨੂੰ ਦਰਗਾਹ ਵਿੱਚ ਥਾਂ ਨਹੀਂ ਮਿਲੇਗੀ, ਉਹ ਮੇਰਾ ਸਿੱਖ ਨਹੀਂ ਹੋਏਗਾ। ਸਾਰੀਆਂ ਸੰਗਤਾਂ ਬੇਬਲ ਹੁੰਦੀਆਂ ਵੀ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ, ਅਤੇ ਸੰਗਤਾਂ ਨੇ ਕੀ ਕੀਤਾ, ਧੰਨ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਕਿਉਂਕਿ ਬਾਬਾ ਬੁੱਢਾ ਜੀ ਇਹ ਗੁਰੂ ਨਾਨਕ ਸਾਹਿਬ ਦੇ ਬਖਸ਼ਿਸ਼ ਦੇ ਸਮੇਂ ਵਿੱਚ ਹੀ ਗੁਰੂ ਘਰ ਨਾਲ ਆਏ ਸੀ, ਜੁੜੇ ਸੀ। ਬਾਬਾ ਬੁੱਢਾ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਾ ਮੈਂ ਤੈਥੋਂ ਕਦੇ ਵੱਖ ਨਾ ਹੋ ਸਾਂ, ਮੈਂ ਤੇਰੇ ਤੋਂ ਕਦੀ ਵੱਖ ਨਹੀਂ ਹੋਵਾਂਗਾ। ਹੁਣ ਗੁਰੂ ਨਾਨਕ ਦੀ ਤੀਜੀ ਜੋਤ ਨੇ ਸਰੂਪ ਉਹੀ ਹੈ। ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਤੁਸੀਂ ਕਿਰਪਾ ਕਰਕੇ ਦੱਸੋ ਗੁਰੂ ਸਾਹਿਬ ਕਿੱਥੇ ਨੇ, ਕੁਝ ਨਹੀਂ ਪਤਾ ਚੱਲ ਰਿਹਾ, ਬੇਬਲ ਹੋ ਰਹੇ ਹਾਂ ਅਸੀਂ, ਤੁਹਾਨੂੰ ਬ੍ਰਹਮ ਗਿਆਨਤਾ ਦੀ ਬਖਸ਼ਿਸ਼ ਹੈ, ਤੁਸੀਂ ਕਿਰਪਾ ਕਰਕੇ ਦੱਸੋ ਮਹਾਰਾਜ ਕਿੱਥੇ ਨੇ। ਬਾਬਾ ਜੀ ਨੇ ਜਦੋਂ ਫਿਰ ਨੇਤਰ ਬੰਦ ਕੀਤੇ, ਰਿੱਧੀਆਂ ਸਿੱਧੀਆਂ ਦੇ ਮਾਲਕ ਸੀ, ਗੁਰੂ ਦੇ ਘਰੋਂ ਸੇਵਾ ਕਰਕੇ ਸਭ ਕੁਝ ਮਿਲਿਆ ਹੋਇਆ ਸੀ। ਬਾਬਾ ਜੀ ਨੇ ਜਦੋਂ ਧਿਆਨ ਧਾਰਿਆ, ਪਿਆਰਿਓ ਕੀ ਵੇਖਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬਿਰਾਜਮਾਨ ਨੇ, ਬਾਹਰ ਲੱਕੇ ਲਾਇਆ ਹੋਇਆ। ਕਹਿੰਦੇ ਸੰਗਤ ਜੀ ਗੁਰੂ ਸਾਹਿਬ ਤਾਂ ਬਿਰਾਜਮਾਨ ਨੇ, ਆਓ ਚੱਲੀਏ। ਕਹਿੰਦੇ ਬਾਬਾ ਜੀ ਕਿਵੇਂ ਪਤਾ ਲੱਗੂ ਰਾਹ ਦਾ, ਹੁਣ ਆਪਣੇ ਆਪ ਨੂੰ ਨਹੀਂ ਜਿਤਾਇਆ। ਕਹਿੰਦੇ ਆਹ ਗੁਰੂ ਸਾਹਿਬ ਦੀ ਘੋੜੀ ਖੜੀ ਹੈ, ਘੋੜੀ ਦੇ ਮਗਰ ਮਗਰ ਤੁਰ ਪਓ, ਜਿੱਥੇ ਜਿੱਥੇ ਘੋੜੀ ਜਾਏਗੀ ਉੱਥੇ ਉੱਥੇ ਆਪਾਂ ਚਲੇ ਜਾਵਾਂਗੇ, ਘੋੜੀ ਮਹਾਰਾਜ ਤੱਕ ਪਹੁੰਚ ਜਾਏਗੀ। ਸੰਗਤਾਂ ਘੋੜੀ ਦੇ ਪਿੱਛੇ ਪਿੱਛੇ ਨਾਲ ਨਾਲ ਤੁਰਦੀਆਂ, ਬਾਬਾ ਜੀ ਵੀ ਨਾਲ ਨੇ। ਜਦੋਂ ਘੋੜੀ ਉੱਥੇ, ਕਿਉਂਕਿ ਬਾਬਾ ਜੀ ਨੇ ਬਖਸ਼ਿਸ਼ ਤਾਂ ਆਪਣੀ ਉਹ ਵਰਤਾਈ ਸੀ, ਰਕਾਬ ਘੋੜੀ ਦੀ ਵਾਂਗ ਤਾਂ ਬਾਬਾ ਜੀ ਨੇ ਆਪ ਹੀ ਫੜੀ ਹੋਈ ਸੀ। ਜਦੋਂ ਘੋੜੀ ਪਿਆਰਿਓ ਉੱਥੇ ਪਹੁੰਚ ਗਈ ਸੰਨ ਸਾਹਿਬ ਗੁਰਦੁਆਰਾ ਸਾਹਿਬ ਦੀ ਥਾਂ 'ਤੇ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗੇਟ 'ਤੇ ਬੋਰਡ ਦੋ ਉੱਥੇ ਦਰਵਾਜ਼ੇ 'ਤੇ ਪੜ੍ਹਿਆ ਹੋਇਆ, ਲਿਖਿਆ ਹੋਇਆ ਪੜ੍ਹਿਆ, ਬਚਨ ਕੀ ਲਿਖੇ ਨੇ, ਜਿਹੜਾ ਇਸ ਦਰਵਾਜ਼ੇ ਨੂੰ ਖੜਕਾਏਗਾ ਉਹ ਮੇਰਾ ਸਿੱਖ ਨਹੀਂ, ਉਹਨੂੰ ਦਰਗਾਹ ਵਿੱਚ ਥਾਂ ਨਹੀਂ ਮਿਲੇਗੀ ਪਿਆਰਿਓ, ਉਹਦਾ ਤਾਂ ਮੇਰਾ ਕੋਈ ਵਾਸਤਾ ਨਹੀਂ ਰਹੇਗਾ ਆਪਸ ਦੇ ਵਿੱਚ। ਬਾਬਾ ਜੀ ਨੇ ਆਪਣੀ ਸੂਝ ਬੂਝਤਾ ਇੰਨੀ ਸੋਝੀ ਸੀ, ਆਪ ਜੀ ਨੇ ਕੀ ਕੀਤਾ, ਗੁਰੂ ਪਿਆਰਿਓ ਦਰਵਾਜ਼ੇ ਥਾਈ ਨਹੀਂ, ਪਿਛਲੇ ਪਾਸਿਓਂ ਸੰਨ ਲਾ ਕੇ ਆਪ ਜੀ ਅੰਦਰ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਿਆ, ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਬਾਬਾ ਬੁੱਢਾ ਕਿਉਂ ਬੂਆ, ਕਹਿੰਦੇ ਮਹਾਰਾਜ ਮੈਂ ਤਾਂ ਪਿਛਲੇ ਬੰਨੇ ਹੋ ਆਇਆ, ਮੈਂ ਤੁਹਾਡੀ ਦਰਗਾਹ ਤੋਂ ਸੁਰਖਰੂ ਨਹੀਂ ਹੋਣਾ, ਮੈਂ ਤੁਹਾਡੀ ਦਰਗਾਹ ਤੋਂ ਬੇਮੁੱਖ ਨਹੀਂ ਹੋਣਾ, ਤੁਹਾਡੇ ਚਰਨਾਂ ਵਿੱਚ ਹੀ ਰਹਿਣਾ ਹੈ। ਸੋ ਗੁਰੂ ਪਿਆਰਿਓ ਉੱਥੇ ਮਹਾਰਾਜ ਨੇ ਵਰ ਦਿੱਤਾ, ਕਹਿੰਦੇ ਜਿਹੜਾ ਇਸ ਸੰਨ ਦੇ ਥੱਲਿਓ ਜਪਜੀ ਸਾਹਿਬ ਦਾ ਪਾਠ ਕਰਦਾ ਲੰਘੇਗਾ, ਗੁਰਦੇਵ ਕਹਿੰਦੇ ਪਿਆਰਿਓ ਮੁਕਤ ਪਦਵੀ ਉਹਨੂੰ ਪ੍ਰਾਪਤ ਹੋ ਜਾਏਗੀ। ਸੋ ਉਹ ਸੋਝੀ ਵੀ ਗੁਰੂ ਸਾਹਿਬ ਕਿੱਥੇ ਨੇ, ਇਹ ਸੋਝੀ ਬਾਬਾ ਬੁੱਢਾ ਜੀ ਨੂੰ ਅੰਤਰੀਵ ਅੰਤਰ ਆਤਮੇ ਗਿਆਨ 'ਤੇ ਹੋਈ, ਅੰਤਰ ਆਤਮੇ ਗਿਆਨ ਬਾਬਾ ਜੀ ਨੂੰ ਪ੍ਰਭੂ ਦੀ ਭਗਤੀ ਕਰ ਕਰਕੇ ਗੁਰੂ ਦੇ ਚਰਨਾਂ ਦੇ ਵਿੱਚੋਂ ਮਿਲਿਆ। ਸੋ ਇਸ ਕਰਕੇ ਮਹਾਰਾਜ ਕਹਿੰਦੇ ਸੁਣਿਆ ਮੰਨੈ ਸਗਲ ਭਵਨ ਕੀ ਸੁੱਧ, ਮੰਨਣ ਕਰਕੇ ਬਾਬਾ ਜੀ ਨੇ ਜਦੋਂ ਗੁਰੂ ਦੀ ਸੇਵਾ ਕੀਤੀ, ਬਚਨ ਮੰਨੇ ਸਾਰੇ ਭਵਨਾਂ ਦੀ ਉਹਨਾਂ ਨੂੰ ਸੋਝੀ ਹੋ ਗਈ ਪਿਆਰਿਓ, ਮੰਨੈ ਸਗਲ ਭਵਨ ਕੀ ਸੁੱਧ। ਅੱਗੇ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦਾ ਦੂਜਾ ਅਰਥ ਲਿਓ, ਮੰਨੈ ਸਗਲ ਭਵਨ ਕੀ ਸੁੱਧ, ਜਿਹੜੇ ਗੁਰੂ ਦੇ ਬਚਨ ਮੰਨਦੇ ਨੇ ਜਿੱਥੇ ਜਿੱਥੇ ਜਾਂਦੇ ਨੇ ਸਾਰੇ ਭਵਨਾਂ ਨੂੰ ਸ਼ੁੱਧੀ ਕਰਦੇ ਜਾਂਦੇ ਨੇ।
ਸਭ ਭਵਨ ਨਾਲ ਨਾਲ ਸ਼ੁੱਧ ਹੁੰਦੇ ਜਾਂਦੇ ਨੇ। ਅੱਗੇ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਮੰਨੈ ਮੋਹੇ ਝੋਟਾ ਨਾ ਖਾਏ। ਰੱਬ ਦੇ ਨਾਮ ਨੂੰ ਜਿਹੜੇ ਮੰਨਦੇ ਨੇ, ਗੁਰਦੇਵ ਕਹਿੰਦੇ ਪਿਆਰਿਓ, ਮੰਨਣ ਵਾਲਿਆਂ ਨੂੰ ਕਦੇ ਵੀ ਜਮਾਂ ਦੀ ਮਾਰ ਨਹੀਂ ਖਾਣੀ ਪੈਂਦੀ। ਮੰਨਣ ਵਾਲਿਆਂ ਨੂੰ ਕਦੇ ਵੀ ਪਿਆਰਿਓ ਹੱਥ ਨਹੀਂ, ਕਿਸੇ ਮੰਨਣ ਵਾਲਿਆਂ ਨੂੰ ਕਦੇ ਵੀ ਕਿਸੇ ਤੋਂ ਫਟਕਾਰ ਨਹੀਂ ਸਹਿਣੀ ਪੈਂਦੀ। ਮੰਨੈ ਮੋਹਿ ਝੋਟਾ ਨਾ ਖਾਏ। ਜਮਦੂਤਾਂ ਦੀਆਂ ਵੀ ਉਹਨਾਂ ਨੂੰ ਚੋਟਾਂ ਨਹੀਂ ਖਾਣੀਆਂ ਪੈਂਦੀਆਂ, ਵਿਕਾਰਾਂ ਦੀਆਂ ਵੀ ਉਹਨਾਂ ਨੂੰ ਚੋਟਾਂ ਨਹੀਂ ਖਾਣੀਆਂ ਪੈਂਦੀਆਂ। ਮੰਨੈ ਜਮ ਕੈ ਸਾਥ ਨਾ ਜਾਏ। ਰੱਬ ਦਾ ਨਾਮ ਮੰਨਣ ਵਾਲੇ ਪਿਆਰਿਓ ਕਦੇ ਵੀ ਜਮਾਂ ਦੇ ਰਾਹ ਨਹੀਂ ਪੈਂਦੇ, ਜਮਦੂਤਾਂ ਨਾਲ ਉਹਨਾਂ ਦਾ ਵਾਸਤਾ ਨਹੀਂ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਕਹਿੰਦੇ ਮਾਨਸ ਕੀ ਕਹੋ ਕੇਤਕ ਬਾਤ। ਕਹਿੰਦੇ ਬੰਦਿਆਂ ਦੀ ਕਿਹੜੀ ਗੱਲ ਕਰਦੇ ਹੋ ਤੁਸੀਂ? ਜਮ ਤੈ ਰਾਖੈ ਦੇਹ ਕਰ ਹਾਥ। ਜਿਹੜੇ ਨਾਮ ਜਪਦੇ ਨੇ ਪਰਮੇਸ਼ਰ ਉਹਨਾਂ ਨੂੰ ਜਮਾਂ ਤੋਂ ਵੀ ਹੱਥ ਦੇ ਕੇ ਰੱਖ ਲੈਂਦਾ। ਸੋ ਮੰਨੈ ਜਮ ਕੈ ਸਾਥ ਨਾ ਜਾਏ। ਮੰਨਣ ਵਾਲੇ ਜਮਾਂ ਦੇ ਰਾਹ ਨਹੀਂ ਪੈਂਦੇ। ਐਸਾ ਪਰਮੇਸ਼ਰ ਦਾ ਨਾਮ ਮਾਰੇ ਕਹਿੰਦੇ, ਐਸਾ ਨਾਮ ਨਿਰੰਜਨ ਹੋਏ। ਐਸਾ ਵਾਹਿਗੁਰੂ ਦਾ ਨਾਮ ਪਵਿੱਤਰ ਹੈ। ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਪਰਮੇਸ਼ਰ ਦੇ ਨਾਮ ਨੂੰ ਮੰਨ ਲਵੇ, ਸਮਝ ਲਵੇ, ਐਸੀ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਬਖਸ਼ਿਸ਼ ਹੈ ਪਿਆਰਿਓ। ਸੋ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਪਿਆਰਿਓ 13ਵੀਂ ਪੌੜੀ ਦੀ ਸਮਾਪਤੀ ਹੈ ਜੀ। 61 ਅੱਖਰ 13ਵੀਂ ਪੌੜੀ ਵਿੱਚ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਆਉਂਦੇ ਨੇ। ਅੱਗੇ ਸਿੱਧ ਬੇਨਤੀ ਕਰਦੇ, ਮਹਾਰਾਜ ਮੰਨਣ ਵਾਲਿਆਂ ਦੀ ਹੋਰ ਮਹਿਮਾ ਦੱਸੋ। ਮਹਾਰਾਜ ਕਹਿੰਦੇ, ਸਿੱਧੋ ਮੰਨੈ ਮਾਰਗ ਠਾਕ ਨਾ ਪਾਏ। ਮੰਨਣ ਵਾਲਿਆਂ ਨੂੰ ਕਦੇ ਵੀ ਕਿਸੇ ਰਸਤੇ ਦੇ ਵਿੱਚ ਰੁਕਾਵਟ ਨਹੀਂ ਪੈਂਦੀ। ਜਿਸ ਰਾਹ 'ਤੇ ਜਾਂਦੇ ਨੇ ਦਰਵਾਜ਼ੇ ਆਪੇ ਹੀ ਖੁੱਲ੍ਹਦੇ ਜਾਂਦੇ ਨੇ। ਮਾਰਗ ਠਾਕ ਨਾ ਪਾਏ, ਜਿੱਥੇ ਜਾਂਦੇ ਨੇ ਬਰਕਤਾਂ ਹੀ ਬਰਕਤਾਂ, ਤਰੱਕੀਆਂ ਹੀ ਤਰੱਕੀਆਂ ਮਿਲਦੀਆਂ ਨੇ। ਮੰਨੈ ਮਾਰਗ ਠਾਕ ਨਾ ਪਾਏ। ਕਹਿੰਦੇ ਜਿਹੜੇ ਕੰਮ ਨੂੰ ਹੱਥ ਪਾਉਂਦੇ ਨੇ ਉਹਨਾਂ ਦੀ ਤਰੱਕੀਆਂ ਕਦਮ ਚੁੰਮਦੀਆਂ ਫਿਰਦੀਆਂ ਨੇ। ਨਾਮਦੇਵ ਜੀ ਨੂੰ ਹਾਥੀ ਮਰੇ ਹੋਏ ਗਊ ਜਿਉਂਦੀ ਕਰਨ ਦੇ ਕਾਰਨ ਸ਼ਰਾਬ ਪੀ ਅਤੇ ਹਾਥੀ ਮੂਹਰੇ ਰੱਖ ਦਿੱਤਾ। ਨਾਮਦੇਵ ਦੀ ਮਾਂ ਕਹਿੰਦੀ, ਨਾਮਿਆਂ ਤੈਨੂੰ ਇਹਨੇ ਮਾਰ ਦੇਣਾ, ਜ਼ਿੰਦਗੀ ਟੁੱਟ ਜਾਏਗੀ, ਇੱਥੇ ਹੀ ਮਰ ਜਾਏਗਾ। ਛੋੜ ਰਾਮ ਕੇ ਨਾ ਭਜੇ ਖੁਦਾਏ। ਰਾਮ ਛੱਡ ਦੇ, ਖੁਦਾ ਖੁਦਾ ਕਰਿਆ ਕਰ। ਭਗਤ ਨਾਮਦੇਵ ਜੀ ਆਪ ਜੀ ਆਪਣੀ ਮਾਂ ਨੂੰ ਕਹਿੰਦੇ ਆ, ਕਹਿੰਦੇ ਮਾਂ ਇੱਦਾਂ ਨਹੀਂ ਹੋ ਸਕਦਾ, ਰੱਬ ਦਾ ਨਾਮ ਜਿੱਥੇ ਮੈਨੂੰ ਜਨਮ ਮਿਲਿਆ ਮੈਂ ਉਹ ਭਗਤੀ ਕਰਨੀ ਹੈ। ਹਾਥੀ ਜਿਹਨੂੰ ਸ਼ਰਾਬ ਪਿਆਈ ਸੀ, ਮਸਤ ਕਰਕੇ ਭੇਜਿਆ ਸੀ ਭਗਤ ਨਾਮਦੇਵ ਨੂੰ ਆਪਣੇ ਪੈਰ ਥੱਲੇ ਕੁਚਲੇ। ਪਿਆਰਿਓ ਮਹਾਵਤ ਕੁੰਡੇ ਮਾਰਦਾ, ਬਾਦਸ਼ਾਹ ਹੁਕਮ ਦਿੰਦਾ। ਹਾਥੀ ਜਿਹਨੇ ਪੈਰ ਥੱਲੇ ਕੁਚਲਣਾ ਸੀ, ਹਾਥੀ ਨੇ ਤਾਂ ਭਗਤ ਨਾਮਦੇਵ ਨੂੰ ਮੱਥਾ ਟੇਕ ਦਿੱਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹਾਥੀ ਨੇ ਤਾਂ ਭਗਤਾਂ ਦੀ ਭਗਤੀ ਨੂੰ ਸਿਰ ਝੁਕਾ ਦਿੱਤਾ। ਸੋ ਇੱਦਾਂ ਮਾਰਗ ਕਹਿੰਦੇ ਨੇ, ਦੇਖੋ ਪਿਆਰਿਓ ਰੱਬ ਦੇ ਨਾਮ ਨੂੰ ਜਪਣ ਵਾਲਿਆਂ ਨੂੰ ਮਾਰਗ 'ਚ ਕੋਈ ਠਾਕ ਨਹੀਂ ਪੈਂਦੀ। ਜੋ ਕਰਦੇ ਨੇ ਕੋਈ ਰੋਕ ਨਹੀਂ ਸਕਦਾ ਭਗਤੀ ਕਰਨ ਵਾਲੇ ਨੂੰ। ਭਗਤੀ ਕਰਨ ਵਾਲੇ ਦੀ ਨਿਸ਼ਠਾ ਪਰਮੇਸ਼ੁਰ ਨਾਲ ਦ੍ਰਿੜ ਹੋ ਕੇ ਜਿਹੜੇ ਲੱਗੇ ਹੋਏ ਨੇ, ਵਾਲ ਨਹੀਂ ਉਹਨਾਂ ਦਾ ਕੋਈ ਵਿੰਗਾ ਕਰ ਸਕਦਾ। ਔਰੰਗਜ਼ੇਬ, ਸੋ ਇਸ ਤਰ੍ਹਾਂ ਮੇਰੇ ਸਤਿਗੁਰੂ ਕਹਿੰਦੇ ਨੇ, ਮੰਨੈ ਮਾਰਗ ਠਾਕ ਨਾ ਪਾਏ। ਮੰਨੈ ਪਤ ਸਿਉ ਪ੍ਰਗਟ ਜਾਏ। ਰੱਬ ਦੇ ਨਾਮ ਨੂੰ ਮੰਨਣ ਵਾਲੇ ਸੋਭਾ ਖੱਟ ਕੇ ਸੰਸਾਰ ਵਿੱਚੋਂ ਪਰਮੇਸ਼ੁਰ ਦੇ ਦਰ ਦੇ ਉੱਤੇ ਪ੍ਰਗਟ ਹੁੰਦੇ ਨੇ, ਭਾਵ ਕਿ ਉਹਨਾਂ ਦੀ ਨਾਮ ਦਾ ਡੰਕਾ ਵੱਜਦਾ, ਦਰਗਾਹ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਆ। ਮੰਨੈ ਮਗ ਨਾ ਚੱਲੈ ਪੰਥ। ਮੰਨਣ ਵਾਲਾ ਬੰਦਾ ਕਦੇ ਵੀ ਪਿਆਰਿਓ ਦੁਬਿਧਾ ਦੇ ਰਸਤੇ 'ਚ ਨਹੀਂ ਪੈਂਦਾ, ਅਟੱਲ ਹੋ ਕੇ ਗੁਰੂ ਦੇ ਮਾਰਗ ਦੇ ਉੱਤੇ ਦ੍ਰਿੜਤਾ ਨਾਲ ਚੱਲਦਾ ਹੈ। ਮੰਨੈ ਮਗ ਨਾ ਚੱਲੈ ਪੰਥ। ਕਹਿੰਦੇ ਵਹਿਮਾਂ ਭਰਮਾਂ ਵਿੱਚ, ਕਰਮ ਕਾਂਡਾਂ ਵਿੱਚ ਰੱਬ ਦੇ ਨਾਮ ਨੂੰ ਮੰਨਣ ਵਾਲੇ ਨਹੀਂ ਪੈਂਦੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।